ਕੱਲ ਸਵੇਰੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਜੀ ਸਾਡੇ ਦਾ ਕਿੱਥੇ ਜੈਂਤੀ ਕੋਲ ਤੁਹਾਡਾ ਕੀ ਲੱਗਦਾ ਮੇਰਾ ਸਾਰਾ ਉਸ ਤੋਂ ਬਾਅਦ ਉਹ ਇਹਨਾਂ ਨੂੰ ਲਾਸ਼ ਨੂੰ ਵੀ ਲੈ ਕੇ ਅਤੇ ਆਪਣੀ ਸਾਰੀ ਕਾਰਵਾਈ ਲੈ ਕੇ ਸਦਰ ਥਾਣੇ ਆ ਗਏ ਠੀਕ ਹੈ ਸਦਰ ਥਾਣੇ ਆਣ ਕੇ ਇਹਨਾਂ ਨੇ ਐਫ ਆਈ ਆਰ ਲੌਜ ਕੀਤੀ ਕੋਈ ਸ਼ਾਮ ਨੂੰ ਪੌਣੇ 5 ਵਜੇ ਸਾਨੂੰ ਅੱਛਾ ਜੀ ਅਤੇ ਉੱਥੋਂ ਪੁਲਿਸ ਦੇ ਰਿਪੋਰਟ ਹੋ ਕੇ ਉਹ ਗੱਡੀ 140 46 0 ਚੰਗਾ ਜਿਹੜੀ ਗੱਡੀ ਮਾਰ ਕੇ ਭੱਜੀ ਸੀ ਹਾਂਜੀ ਉਹ ਵੀ ਟ੍ਰੇਸ ਹੋ ਗਈ ਕੱਤਲ ਨੂੰ ਲੱਗਦਾ ਹਸਪਤਾਲ ਪਹੁੰਚੇ ਅਤੇ ਕਹਿੰਦੇ ਜੀ ਅੱਜ ਹੁਣ ਬਹੁਤ ਲੇਟ ਹੋ ਗਿਆ ਅਤੇ ਕੱਲ੍ਹ ਨੂੰ ਤੁਹਾਡਾ ਪੋਸਟਮਾਰਟਮ ਕਰਕੇ ਅਤੇ ਤੁਹਾਡੇ ਲਾਸਟ ਤਾਰੀਖ ਰਿਪੋਰਟ ਕਰਾਂਗੇ ਤੁਹਾਡੇ ਬੰਦੇ ਦੀ ਸਾਡੇ ਇੱਕ ਐੱਫ ਆਈ ਆਰ ਨੰਬਰ 183 ਦਰਜ ਹੋਈ ਹੈ ਜੀ 304 ਏ 'ਚ ਇਹਦੇ 'ਚ ਡੈੱਡ ਬੋਡੀ ਇੱਕ ਮੋਰਚਰੀ 'ਚ ਪਈ ਸਿਵਲ ਹੋਸਪਿਟਲ ਬਟਾਲਾ ਵਿਖੇ ਇਹ ਗਲਤੀ ਨਾਲ ਜਾਂ ਕੋਈ ਸਹਿ ਸੁਭਾਅ ਡੈੱਡ ਬੋਡੀ ਦਿੱਤੀ ਗਈ ਆ ਜੀ ਜੀ ਆਰ ਪੀ ਦੇ ਹਵਾਲੇ ਕਰ ਦਿੱਤੀ ਗਈ ਹੈ ਉਹਨਾਂ ਵਾਲੀ ਡੈੱਡ ਬੋਡੀ ਉੱਥੇ ਪਈ ਰਹਿ ਗਈ ਹੈ ਇਹਦੇ 'ਤੇ ਮਾਮਲਾ ਦਰਜ ਕੀਤਾ ਮੁਕੱਦਮਾ ਨੰਬਰ 183 304 ਏ 201 'ਚ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹਦੇ 'ਚ ਕਿੰਨੇ ਜਣੇ ਮੁਕੱਦਮਾ ਦਰਜ ਇਹਦੇ 'ਚ ਅਜੇ ਹੋਸਪਿਟਲ ਪ੍ਰਸ਼ਾਸਨ ਦਾ ਆ ਰਿਹਾ ਜੀ ਇਹਦੇ 'ਚ ਵੇਖ ਲੈਂਦੇ ਹਾਂ ਜੀ ਕਿਹਦਾ ਕਿਹਦਾ ਰੋਲ ਆਉਂਦਾ ਜੋ ਵੀ ਤਫਤੀਸ਼ ਪਤਾ ਲੱਗਾ ਸੀ ਕਿਸ ਸਮੇਂ ਵੀ ਔਰ ਆਪਣਾ ਕਲਾਸ 4 ਤੇ ਵੀ ਹੋਇਆ ਸੀ ਸਰ ਕੌਣ ਹੋ ਸਕੀ ਨਾ ਉਹਨਾਂ ਦਾ ਹਾਂਜੀ ਹੋਸਪਿਟਲ ਪ੍ਰਸ਼ਾਸਨ 'ਚ ਫਿਰ ਸਾਰੇ ਆ ਜਾਂਦੇ ਜੀ ਜਿੱਦਾਂ SMO ਬਟਾਲਾ ਜਿਹੜਾ 4th ਕਲਾਸ ਦਾ ਜਿੰਨੇ ਹਵਾਲੇ ਕੀਤੀ ਹੈ ਡੈੱਡ ਬੋਡੀ ਜੀ ਹੋਰ ਵੀ ਇਹਦੇ ਵਿੱਚ ਵੇਖ ਲੈਂਦੇ ਆ ਜੀ ਜੋ ਵੀ ਹੈਗਾ ਤਫਤੀਸ਼ ਸਰ ਜਿਹੜੀ ਧਰਾਵਾਂ ਲਈ ਆ ਅਵੇਲੇਬਲ ਹੈ ਕਿ ਨੋਨ ਅਵੇਲੇਬਲ 304 ਨੋਨ ਅਵੇਲੇਬਲ ਧਾਰਾ ਜੀ 201 ਨਾਲ ਜਿਹੜੀ ਲਾਸ਼ ਗਲਤੀ ਨਾਲ ਦਿੱਤੀ ਗਈ ਉਹ ਲੱਗੀ ਹੈ ਸਰ ਲੱਗਦਾ ਹੋਰ ਵੀ ਮਾਮਲੇ 'ਚ ਜਿਹੜੇ ਤੁਸੀਂ ਸਾਹਮਣੇ ਆਉਣਗੇ ਬਿਲਕੁਲ ਜੀ ਤਫਤੀਸ਼ ਜਾਰੀ ਹੈ ਇਹਦੇ ਵਿੱਚ ਜੋ ਜੋ ਵੀ ਦੋਸ਼ੀ ਆਏਗਾ ਸਾਹਮਣੇ ਉਹਨੂੰ ਕੀਤਾ ਜਾਏਗਾ